ਦੋ ਤਿੰਨ ਚਿਹਰੇ ਤਾਂ ਵੱਡੇ ਜੁਆਇਨ ਕਰ ਗਏ ਹੈ, ਪਰ ਤੁਸੀਂ ਮੰਨੋਗੇ ਨੀ ਕਿੰਨੇ ਲੋਕ ਪਿੰਡਾਂ ਚੋ ਸ਼ਹਿਰਾਂ ਚੋ ਜੁਆਇਨ ਕਰ ਰਹੇ ਬੀਜੇਪੀ। ਪਟਿਆਲਾ ਸੀਟ ਜਿਹੜੀ ਕੈਪਟਨ ਘਰਾਨੇ ਦੀ ਮੰਨੀ ਜਾਂਦੀ ਹੈ, ਲੇਕਿਨ ਇਸ ਵਾਰ ਮੁਕਾਬਲਾ ਥੋੜਾ ਜਿਹਾ ਟਫ ਲੱਗ ਰਿਹਾ ਹੈ। ਮੇਰਾ ਖਿਆਲ ਇਟ ਵਿਲ ਬੀ ਅ ਗੁੱਡ ਰਿਜ਼ਲਟ। ਜਿੰਨੀਆਂ ਵੀ ਯੋਜਨਾ ਆਈਆਂ ਨੇ, ਜਿੰਨੀਆਂ ਵੀ ਸੈਂਟਰ ਦੀ ਸਰਕਾਰ ਨੇ ਦਿੱਤੀਆਂ ਨੇ, ਜਿੰਨੇ ਵੀ ਕੰਮ ਹੋਏ ਨੇ, ਅਸੀਂ ਪੂਰਾ ਲੜਾਂਗੇ ਉਸ ਤੇ। ਪਟਿਆਲੇ ਤੋਂ ਭਾਜਪਾ ਦਾ ਕੈਂਡੀਡੇਟ ਕੌਣ ਹੋਏਗਾ? ਲਗਾਤਾਰ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਔਰ ਪਰਨੀਤ ਕੌਰ ਹੋਰਾਂ ਦਾ ਨਾਮ ਸਭ ਤੋਂ ਮੋਹਰੀ ਜਿਹੜਾ ਚੱਲ ਰਿਹਾ ਜੈਇੰਦਰ ਕੌਰ। ਮੈਮ, ਲਗਾਤਾਰ ਤੁਸੀਂ ਕੈਂਪੇਨ ਵੀ ਸ਼ੁਰੂ ਕਰ ਦਿੱਤੀ ਗਈ ਹੈ ਔਰ ਕਲੀਅਰ ਇਹ ਹੈ ਕਿ ਅਗਲੇ ਇੱਕ ਦੋ ਦਿਨਾਂ ਜਦੋਂ ਟਿਕਟਾਂ ਦਾ ਐਲਾਨ ਹੋਏਗਾ ਤਾਂ ਪਰਨੀਤ ਕੌਰ ਨਵੇਂ ਕੈਂਡੀਡੇਟ ਜਿਹੜੇ ਭਾਜਪਾ ਦੇ ਹੋ ਸਕਦੇ ਪਟਿਆਲਾ? ਹਾਂਜੀ, ਹੋ ਸਕਦੇ। ਐਂਡ ਕੈਂਪੇਨ ਫੁੱਲ ਸਵਿੰਗ ਚੱਲ ਰਹੀ ਹੈ। ਪ੍ਰਨੀਤ ਕੌਰ ਜੀ ਆਪਣੀ ਕਾਰਵਾਈ ਕਰ ਰਹੇ ਹੈ, ਅਸੀਂ ਆਪਣੀ ਕਰ ਰਹੇ ਹੈ ਔਰ ਚੰਗਾ ਚੱਲ ਰਿਹਾ ਪਟਿਆਲੇ 'ਚ। ਕਿਉਂਕਿ ਚਰਚਾ ਇਹ ਵੀ ਸੀਗੀ ਕਿ ਸ਼ਾਇਦ ਤੁਹਾਨੂੰ ਪਾਰਟੀ ਮੈਦਾਨ ਦੇ ਵਿੱਚ ਉਤਾਰੇ, ਤੁਸੀਂ ਲੜਨਾ ਚਾਹੁੰਦੇ ਹੋ ਜਾਂ ਤੁਹਾਡੇ ਮਤਲਬ ਲੜਨਾ ਚਾਹੁੰਦੇ? ਦੇਖੋ, ਇਹ ਪਾਰਟੀ ਦਾ ਡਿਸੀਜਨ ਹੈ ਔਰ ਪਤਾ ਲੱਗ ਜਾਏਗਾ ਜਲਦੀ ਤੁਹਾਨੂੰ। ਔਰ ਪ੍ਰਨੀਤ ਕੌਰ ਜੀ ਪੂਰੀ ਤਰ੍ਹਾਂ ਤੋਂ ਤਿਆਰੀ ਕਰ ਰਹੇ ਹੈ। ਕਿਉਂਕਿ ਪਟਿਆਲਾ ਸੀਟ ਜਿਹੜੀ ਕੈਪਟਨ ਘਰਾਨੇ ਦੀ ਮੰਨੀ ਜਾਂਦੀ ਹੈ, ਲੇਕਿਨ ਇਸ ਵਾਰ ਮੁਕਾਬਲਾ ਥੋੜਾ ਜਿਹਾ ਟਫ ਲੱਗ ਰਿਹਾ। ਡਾਕਟਰ ਮਨਵੀਰ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ, ਕਾਂਗਰਸ ਦਾ ਚਿਹਰਾ ਕੌਣ ਹੋਏਗਾ ਉਹ ਅਜੇ ਪਿਕਚਰ ਕਲੀਅਰ ਨਹੀਂ ਹੈ। ਸਭ ਕੁਝ ਥੋੜੇ ਦਿਨਾਂ 'ਚ ਕਲੀਅਰ ਹੋ ਜਾਏਗਾ, ਪਰ ਮੇਰਾ ਖਿਆਲ ਇਟ ਵਿਲ ਬੀ ਅ ਗੁੱਡ ਰਿਜ਼ਲਟ। ਕੈਪਟਨ ਸਾਹਿਬ ਪਹਿਲਾਂ ਵਕਾਲਤ ਕਰ ਰਹੇ ਸੀ ਕਿ ਅਕਾਲੀ ਦਲ ਦੇ ਨਾਲ ਅਲਾਇੰਸ ਹੋਣਾ ਚਾਹੀਦਾ ਕਿਉਂਕਿ ਸਾਰੇ ਏਰੀਏ ਨੂੰ ਕੈਲਕੂਲੇਟ ਵੋਟ ਕੀਤੀ ਹੁੰਦੀ ਹੈ, ਲੇਕਿਨ ਉਹ ਅਲਾਇੰਸ ਨਹੀਂ ਹੋਇਆ, ਫਰਕ ਪਏਗਾ ਇਸ ਦਿਨ? ਦੇਖੋ ਜੀ, ਫਰਕ ਤਾਂ ਹਮੇਸ਼ਾ ਹੁੰਦਾ ਹੈ, ਗਠਜੋੜ ਹੋਏ ਤਾਂ ਇਟਸ ਮਚ ਈਜ਼ੀਅਰ, ਬਟ ਤੁਸੀਂ ਦੇਖੋਗੇ ਰਿਜ਼ਲਟ ਚੰਗਾ ਹੋਏਗਾ। ਇਸ ਵਾਰ ਸਟ੍ਰੈਟਜੀ ਕੀ ਰਹੇਗੀ? ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਦੇ ਸਾਰੇ ਲੀਡਰ ਬੀਜੇਪੀ ਲੈਂਦੀ ਹੋਈ ਨਜ਼ਰ ਆ ਰਹੀ ਹੈ। ਦੇਖੋ, ਦੋ ਤਿੰਨ ਚਿਹਰੇ ਤਾਂ ਵੱਡੇ ਜੁਆਇਨ ਕਰ ਗਏ ਹੈ, ਪਰ ਤੁਸੀਂ ਮੰਨੋਗੇ ਨੀ ਕਿੰਨੇ ਲੋਕ ਪਿੰਡਾਂ ਚੋ ਸ਼ਹਿਰਾਂ ਚੋ ਜੁਆਇਨ ਕਰ ਰਹੇ ਬੀਜੇਪੀ। ਇਹ ਕਿਉਂਕਿ ਪ੍ਰਧਾਨ ਮੰਤਰੀ ਜੀ ਮੋਦੀ ਜੀ ਦੀ ਨੀਤੀਆਂ ਜੋ ਹੈ, ਉਹਨਾਂ ਨੇ ਜੋ ਕੰਮ ਕੀਤੇ ਨੇ ਸਾਰੇ ਪੰਜਾਬ ਵਾਸਤੇ, ਸਾਰੇ ਇੰਡੀਆ ਵਾਸਤੇ, ਸੋ ਇਹ ਉਹਦੇ ਕਰਕੇ ਹੋ ਰਿਹਾ। ਤੁਸੀਂ ਮਹਿਲਾ ਵਿੰਗ ਦੇ ਪ੍ਰਧਾਨ ਹੋ ਔਰ ਤੁਹਾਡੇ ਵਿਰੋਧੀ ਇਹ ਕਹਿੰਦੇ ਕਿ ਕਿਸਾਨਾਂ ਦੇ ਮਸਲੇ ਤਾਂ ਉੱਥੇ ਵੀ ਹੈ, ਕਿਸਾਨਾਂ ਦੇ ਵਿਰੋਧ ਵਿੱਚ ਹੈ ਕੇਂਦਰ ਸਰਕਾਰ, ਇਹ ਤੁਹਾਡੇ ਵਿਰੋਧੀ ਬਹੁਤ ਸਾਰੇ ਇਲਜ਼ਾਮ ਲਗਾਉਂਦੇ ਨੇ। ਨਹੀਂ ਜੀ, ਦੇਖੋ, ਇਹ ਜਿਹੜੀ ਚੀਜ਼ ਹੈਗੀ ਹੈ, ਇਹ ਸੈਂਟਰ ਨੇ ਆਫਰ ਕੀਤੀਆਂ ਸੀਗੀਆਂ MSP ਤੇ ਕੁਛ, ਸੋ ਦੋਨੋਂ ਸਾਈਡ ਨੂੰ ਆਪਣਾ ਕਰਨਾ ਚਾਹੀਦਾ ਹੈਗਾ। ਸਟ੍ਰੈਟਜੀ ਤੁਹਾਡੀ ਕਿਸ ਤਰੀਕੇ ਦੀ ਰਹੇਗੀ, ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਤੁਸੀਂ ਇਲੈਕਸ਼ਨ ਲੜੋਗੇ? ਅਸੀਂ ਤਾਂ ਲੜਾਂਗੇ ਜੀ, ਜਿਹੜੀ ਜਿੰਨੀਆਂ ਵੀ ਯੋਜਨਾ ਆਈਆਂ ਨੇ, ਜਿੰਨੀਆਂ ਵੀ ਸੈਂਟਰ ਦੀ ਸਰਕਾਰ ਨੇ ਦਿੱਤੀਆਂ ਨੇ, ਜਿੰਨੇ ਵੀ ਕੰਮ ਹੋਏ ਨੇ, ਅਸੀਂ ਪੂਰਾ ਲੜਾਂਗੇ ਉਸ ਤੇ। ਕੈਪਟਨ ਅਮਰਿੰਦਰ ਸਿੰਘ, ਐਕਟਿਵ ਪੋਲਿਟਿਕਸ ਨਜ਼ਰ ਨਹੀਂ ਆ ਰਹੇ, ਸਿਹਤ ਵਜ੍ਹਾ, ਉਮਰ ਵਜ੍ਹਾ ਜਾਂ ਫਿਰ ਕੀ ਵਜ੍ਹਾ ਤੁਹਾਨੂੰ ਨਜ਼ਰ ਆਉਂਦੀ? ਔਰ ਪਟਿਆਲੇ ਦੇ ਵਿੱਚੋਂ ਨਜ਼ਰ ਆਉਣਗੇ, ਕਿਉਂਕਿ ਇੱਕ ਸਮਾਂ ਸੀਗਾ ਉਹਨਾਂ ਦਾ ਖੁੰਡਾ ਬੜਾ ਮਸ਼ਹੂਰ ਸੀਗਾ ਔਰ ਉਹ ਖੁੰਡੇ ਦੀ ਸਿਆਸਤ ਹੁਣ ਸੁਖਬੀਰ ਬਾਦਲ ਕਰਦੇ ਹੋਏ ਨਜ਼ਰ ਆ ਰਹੇ, ਖੁੰਡਾ ਇੱਕ ਸੁਖਬੀਰ ਬਾਦਲ ਹੋਰਾਂ ਨੇ ਵੀ ਫੜ ਲਿਆ। ਦੇਖੋ, ਕੈਪਟਨ ਸਾਹਿਬ ਆਉਣਗੇ, ਕੈਂਪੇਨ ਕਰਨਗੇ ਬੀਜੇਪੀ ਲਈ, ਐਂਡ ਮੈਂ ਹੋਰ ਕਿਸੇ ਦਾ ਕੁਝ ਕਹਿਣਾ ਨਹੀਂ ਚਾਹ। ਖੁੰਡੇ ਵਾਲੀ ਸਿਆਸਤ ਨੂੰ ਕਿਵੇਂ ਦੇਖਦੇ ਹੋ? ਕੈਪਟਨ ਅਮਰਿੰਦਰ ਸਿੰਘ ਤੋਂ ਸੁਖਬੀਰ ਬਾਦਲ ਤੱਕ ਇਹ ਖੁੰਡਾ ਪਹੁੰਚ ਚੁੱਕਾ, ਮੈਂ ਇਸੇ ਕੁਝ ਨਹੀਂ ਕਹਿਣਾ ਚਾਹਦੀ। ਠੀਕ ਹੈ, ਥੈਂਕ ਯੂ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਚੰਡੀਗੜ੍ਹ।